ਹਾਂਜੀ ਗਾਇਸ ਵੈਲਕਮ ਟੂ ਅਨਦਰ ਵਲੌਗ ਤੇ ਸਾਰਿਆਂ ਨੂੰ ਪਰਪਰੀ ਸਤਿ ਸ੍ਰੀ ਅਕਾਲ ਤੇ ਹਨਾ ਸਵੇਰੇ ਸਵੇਰੇ ਦੇ ਬੱਚੇ ਨੇ ਹੋਰ 10:38 ਤਾਂ ਹੁਣੀ ਹੁਣੀ ਉੱਠਿਆ ਨਾ ਤਾਂ ਫਿਲਹਾਲ ਹਨਾ ਅੱਜ ਆਪਣਾ ਹੈਗਾ ਸੰਡੇ ਤਾਂ ਕੱਲ੍ਹ ਫਿਰ ਪੇਪਰ ਆ ਪਰ ਲਗਾਤਾਰ 3 ਪੇਪਰ ਨੇ ਹਨਾ ਕੱਲ੍ਹ ਆਪਣਾ ਪੇਪਰ ਹੈਗਾ ਹਿਸਟਰੀ ਤਾਂ ਹੁਣ ਅੱਜ ਪੜ੍ਹਾਂਗੇ ਹਨਾ ਤਾਂ ਬਾਕੀ ਹਨਾ ਅੱਜ ਡੈਡੀ ਵਰਗੇ ਗਏ ਬਾਕੀ ਰੇਹ ਚੱਕਣਾ ਨਾ ਧਨੌਲੇ ਤੋਂ ਤਾਂ ਬਾਕੀ ਕੁਛ ਇੱਦਾਂ ਦਾ ਬਿਹਤਰ ਹੋ ਰਿਹਾ ਸੂਰਜ कि लोगों नूं चाहे चंगा लगे चाहे लगे माड़ा हुण पिछे नहीं मुड़दे जिहड़े पै गए असी रूट कईआं नूं तां इह कंजर कित्ता लगदा गा पर बथेरे इहो जिहे ने जिहड़े कम्म नूं मारदे ने सलूट तां दुपहर दे हो गए 1:50 देखो वैदर हणा चैक करो किन्नी गाड़ी तां पता ट्रैक्टर ट्राली गए होया हणा रेह चकण त्रौले तां रेह ट्राली धर लिया बस तुर तुर पे होणगे तां गाइस शाम दे हणा बज गए अपने 5 तां अज्ज वाला दिन तां बस आई लंघ गया ना कोई ज्यादा कुछ शूट करने वाला है ही नहीं सी तां पेपर दी फिलहाल तैयारी है ना चंगी आ मेरी देख सकते हो ट्राली दा ट्रक आ तनों लेदों काफी टाइम हो गया था इन ओ हो गया अपने वाले कख जे है ना ओ मक्की दा मक्की हुई भी है ना ਵਿੱਚ ਵਿੱਚ ਬਾਈ ਮਾਗਰ ਤੂੰ ਨਿਗਾਹ ਨਹੀਂ ਰੱਖਣੀ ਪੈਪਾਂ 'ਚ ਨਾ ਨਾ ਪੈਪ ਤਾਂ ਆਪਾਂ ਬੰਦ ਹੀ ਨਹੀਂ ਹੋਊਗੀ ਬੰਦ ਹੋਇਆ ਨਹੀਂ ਫਿਰ ਨਾ ਫਿਰ ਕੀ ਚੱਕਰ ਆ ਬੰਦ ਫਿਰ ਤਾਂ ਜਦੋਂ ਬੰਦ ਹੀ ਨਹੀਂ ਹੋਇਆ ਫਿਰ ਤਾਂ ਹੋਣਾ ਚਾਹੀਦਾ ਸੀ ਜਲਬਾਂ ਵੀ ਆਣੇ ਗਾਈਸ ਮੱਕੀ 'ਚ ਪਾਣੀ ਦੇਖੋ ਕਿਵੇਂ ਖੜਾ ਜਿਵੇਂ 20 ਸਾਲਾਂ ਦਾ ਖੜਾ ਹੁੰਦਾ ਜਦ ਜਦ ਮੈਂ ਜੱਬੀ ਪੀਆ ਤਾਂ ਆਹ ਕੱਖ ਮੈਂ ਵਿੱਚ ਕੇ ਗਿਆ ਸੀ ਆਪਦੇ ਦਿਮਾਗ ਨਾਲ ਕਾਮਯਾਬ ਕਰਤੇ ਬਾਈ ਤਾਂ ਦੁੱਧ ਪਾਉਣ ਜਾਂਦਾ ਸੀ ਅਜੇ ਮੈਂ ਗਿਆ ਨਹੀਂ ਹਨਾ ਇੱਥੇ ਹੀ ਮੁੜਿਆ ਆ ਉਹ ਤਾਂ ਟੱਟ ਚੱਲੀ ਜਾਂਦੇ ਨੇ ਤਾਂ ਫਿਲਹਾਲ ਹੁਣ ਆਪਾਂ ਚੱਲਦੇ ਹਾਂ ਨਾ ਦੁੱਧ ਪਾਉਣ ਹਾਂਜੀ ਗਾਈਸ ਤਾਂ ਸਰ ਨੂੰ ਪਰਪਰੀ ਗੁੱਡ ਮਾਰਨਿੰਗ ਹਨਾ ਤਾਂ ਸਵੇਰੇ ਸਵੇਰੇ ਦੇ ਬੱਜੇ ਨੇ ਕੁਝ 8:30-9 ਵਜੇ ਹੋਣਗੇ ਹਨਾ ਕਿ ਕਾਂਡ ਤਾਂ ਇਹੋ ਜਿਹਾ ਹੋਇਆ ਸੀ ਸਾਰਾ ਫੋਨ ਫੁੱਟ ਜਾਂਦਾ ਪਰ ਬਚਾ ਲਿਆ ਮੈਟ ਨੇ ਸੌਣਾ ਤਾਂ 1-2 ਘੰਟੇ ਹੋਰ ਸੀ ਪਰ ਠਾਲਿਆ ਲਾਈਟ ਨੇ ਤਾਂ ਕੁਝ ਇਦਾਂ ਦਾ ਵੈਦਰ ਹੋ ਰਿਹਾ ਨਾ ਹਵਾ ਚੱਲ ਰਹੀ ਹੈ ਪੂਰੀ ਘੈਂਟ ਤਾਂ ਸੂਰਜ ਉਹ ਸੀਗਾ ਤਾਂ ਲਾਈਟ ਚੱਲੀ ਜਾਂਦੀ ਚੱਲੀ ਜਾਣਾ ਮੋਟਰ ਵਾਲੀ ਤਾਂ ਮੇਰਾ ਦਾਦਾ ਜਾ ਰਿਹਾ ਹਨਾ ਪਿੰਡ ਰੇਹ ਚੱਕਣ 5 ਕਬੂਰੀਆਂ ਹਨਾ ਅਤੇ 5 ਕਬੂਰੀਆਂ ਪਹਿਲੇ ਚੱਕ ਲਏ 10 ਬੋਰੀਆਂ ਤਾਂ ਇਹ ਹੋ ਗਈਆਂ ਪਿੰਡੋਂ ਅਤੇ ਬਾਕੀ 20 ਕਬੂਰੀਆਂ ਸੀ ਬਾਹਰੋਂ ਚੱਕ ਲਏ ਹਨਾ ਤਾਂ ਚੱਲ ਲਾਈਟ ਚੱਲੀ ਜਾਂਦੀ ਹੈ ਤਾਂ ਹੁਣ ਉਹ ਪਿੰਡ ਜਾਂਦਾ ਤਾਂ ਕਰਕੇ ਮੈਨੂੰ ਠਾਲਿਆ ਵੀ ਨਿਗਾਹ ਰੱਖਣੀ ਆ ਨਾ ਮੱਕੀ ਦੇ ਵਿੱਚ ਪੜ੍ਹ ਲਏ ਉਹ ਗੱਲ ਅੱਡਾ ਜੇ ਹੋਣਾ ਪਾਸ ਤਾਂ ਦਿਲ 'ਚ ਰੱਖਣੀ ਪੈਂਦੀ ਹੈ ਕਾਸ ਤਾਂ ਹੁਣ ਫਿਲਹਾਲ ਬੈਠਾ ਨਾ ਮੈਂ ਬਾਣ ਦੇ ਵਿੱਚ ਤਵੀਆਂ ਦੇ ਉੱਪਰ ਹੈ ਨਾ ਕਿਤਾਬ ਖੋਲੀ ਐਕਚੁਅਲੀ ਨਿਗਾਹ ਰੱਖਣੀ ਹੈ ਨਾ ਇੱਧਰ ਪਾਣੀ ਚੱਲ ਰਿਹਾ ਇੱਧਰਲੇ ਪਾਸੇ ਹੈ ਨਾ ਦੇਖੋ ਨੱਕਾ ਹਾਲ ਮੇਰੇ ਦਾਦੇ ਨੇ 3ਜੀ ਮੋਟਰ ਵੀ ਚਲਾ ਤੀ ਹੈ ਨਾ ਮੈਂ ਕਿੰਨੀਆਂ ਮੋਟਰਾਂ ਸੰਭਾਲ ਲੂੰਗਾ ਹੁਣ 3 ਪੇਪਰ ਹੈ ਨਾ ਇਕੱਠੇ ਨੇ ਪੇਪਰਾਂ ਤੋਂ ਬਾਅਦ ਹੀ ਕਢਾ ਕੇ ਲਿਆਵਾਂਗੇ ਕਹਾਣੀ ਚੱਲ ਉੱਥੇ ਬਹਿ ਕੇ 2-4 ਕੁਐਸਚਨ ਯਾਦ ਕਰ ਲਏ ਛੁੱਟੀ ਮਿਲ ਗਈ ਆਪਾਂ ਨੂੰ ਲਾਉਣ ਤੋਂ ਪਾਣੀ ਕਿ ਆਉਂਦੀ ਮੁਸੀਬਤ ਨੂੰ ਦੇਖ ਕੇ ਹਰੇਕ ਕੋਈ ਮਾਰ ਜਾਂਦਾ ਗਾ ਡਰ ਤੇ ਫਿਲਹਾਲ ਆਹ ਘੇਰੇ 'ਚ ਛੱਡਿਆ ਹੋਇਆ ਪਾਣੀ ਤੇ ਪਾਣੀ ਨੂੰ ਦੇਖਣ ਖਾਤਰ ਨਿਕਲਿਆ ਆਪਾਂ ਬਾਹਰ ਤਾਂ ਹੀ ਤਾਂ ਪਾਣੀ ਥੋੜ੍ਹੀ ਰਹਿੰਦਾ ਹੋਣਾ ਟਾਈਮ ਲੱਗੂਗਾ ਤਾਂ ਫਿਲਹਾਲ ਆਪਣੇ 10:00 ਨਾ 10-15 ਮਿੰਟ ਹੋ ਗਏ ਹੋਣਗੇ ਅੰਦਾਜ਼ੇ ਕਿ ਨਾ ਹਾਂਜੀ ਗਾਈਸ ਤੇ ਫਿਲਹਾਲ 4:30 ਨਾ 38 ਮਿੰਟ ਦਾ ਟਾਈਮ ਦੇ ਵਾਪਸ ਆਪਾਂ ਨੂੰ ਆਈਫੋਨ ਦੀ ਸ਼ਿਫਟ ਹੋਣਾ ਪੈ ਗਿਆ ਕਾਰਨ ਪਤੀ ਹੈ ਨਾ ਕੈਮਰੇ ਤੱਕ ਕਲੀਅਰ ਨਹੀਂ ਸਾਫ ਹੁੰਦਾ ਉਹਨਾਂ ਨੂੰ ਤੱਕ ਬਣਾਉਣ ਦਾ ਨਜ਼ਾਰਾ ਵੀ ਨਹੀਂ ਹੁੰਦਾ ਇਕੱਲੇ ਮੂਹਰਲਾ ਕੈਮਰਾ ਤੇ ਵਾਈਡ ਐਂਗਲ ਵੀ ਨਹੀਂ ਹੈ ਨਾ ਨਜ਼ਾਰਾ ਹੁੰਦਾ ਤਾਂ ਦੂਜੇ ਕੈਮਰਾ ਵੀ ਚਾਹੀਦਾ ਹੈਗਾ ਤਾਂ ਫਿਲਹਾਲ ਹੁਣ 1-2 ਦਿਨ 'ਚ ਕੋਈ ਨਹੀਂ ਇਹਨੂੰ ਪੁੱਛ ਕੇ ਆਵਾਂਗੇ ਨਾ ਲੋਡ ਕਰਾ ਕੇ ਉਦੋਂ ਬਾਅਦ ਦੂਜੇ ਫਿਰ ਸੂਟ ਕਰ ਲੱਗਾਂਗੇ ਕਿ ਅੱਜ ਕੱਲ੍ਹ ਦੁਨੀਆ ਮੋਬਾਈਲਾਂ 'ਤੇ ਨਹੀਂ ਲੋਕਾਂ ਨਾਲ ਖੇਡਦੀ ਹੈ ਗੇਮ ਜੇ ਚੰਗਾ ਹੋ ਜੇ ਤਾਂ ਆਪਦਾ ਨਾਂ ਲੈ ਲੈਂਦੇ ਨੇ ਜੇ ਮਾੜਾ ਹੋ ਜੇ ਤਾਂ ਦੂਜੇ ਨੂੰ ਕਰ ਦਿੰਦੇ ਨੇ ਬਲੇਮ ਤਾਂ ਇੱਧਰ ਆਪਣੀ ਕਹੀ ਆ ਘੈਂਟ ਘੈਂਟ ਮੱਕੀ ਹੈ ਨਾ ਸਾਰੇ ਬਾਣ 'ਚ ਤਾਂ ਇੱਧਰ ਤਾਂ ਹਾਲੀ ਮਾਹਣ ਮੱਕੀ ਵੱਡੀ ਆ ਨਾ ਥੱਲੇ ਵਾਲੀ ਛੋਟੀ ਆ ਆਹ ਦੇਖੋ ਬਾਈ ਸਾਨੂੰ ਮੱਕੀ ਐਂ ਹੋਈ ਪਈ ਆਹ ਚੀਜ਼ ਫੋਕਸ ਬੜਾ ਸ਼ੀਰੀ ਕਰ ਲੈਂਦਾ ਹੈ ਨਾ ਤਾਂ ਐਂ ਮਤਲਬ ਇਹ ਰੇਹ ਦੇ ਕਾਰਨ ਹੋਈ ਆ ਹੈ ਨਾ ਦੇਖੋ ਐਂ ਸਾਰੀ ਤਾਂ ਕਹਿੰਦਾ ਮਤਲਬ ਆਹ ਕਿਆ ਰਹਾ ਹੈ ਨਾ ਥੋੜ੍ਹਾ ਜਿਹਾ ਹਾ ਬਸ ਬਾਕੀ ਹੈ ਨਾ ਕਈ ਬਹੁਤ ਸਿੱਟਣ ਵੀ ਲੱਗ ਗਏ ਹੈ ਨਾ ਅਤੇ ਕਈਆਂ ਨੇ ਛੁੱਟੀਆਂ ਵੈਸੇ ਅਸੀਂ ਤਾਂ ਇਹ ਟਾਈਮ ਅਸੀਂ ਤਾਂ ਲੇਟ ਹੀ ਬੀਜਾਂਗੇ ਕਿਉਂਕਿ ਸਾਰੇ ਬਾਣੇ ਤਾਂ ਮੱਕੀ ਆ ਹੈ ਨਾ ਤਾਂ ਅਜੇ 5:00 ਨਾ 7 ਮਿੰਟ ਹੋਏ ਨੇ ਤਾਂ ਅੱਜ ਘਰੇ ਜਾਵਾਂ ਵਿਹਲੇ ਸੀ ਤਾਂ ਕਰਕੇ ਨਾ ਤਾਂ ਕੋਈ ਜੱਜ ਨਾਲ ਸ਼ੂਟ ਹੋਏ ਨੇ ਤਾਂ ਫਿਲਹਾਲ ਟਾਈਮ ਪਾਸ ਬਸ ਕੁਝ ਨਹੀਂ ਹੈ ਨਾ ਬਸ ਮੋਬਾਈਲ 'ਤੇ ਪੰਗੇ ਪੁੰਗੇ ਲੈਂਦੇ ਰਹਿੰਦੇ ਹਾਂ ਮੈਂ ਇੱਧਰ ਦੇਖੋ ਕਿਹੜੀਆਂ ਨੇਰੀਆਂ ਦੇਖੋ ਕਿਵੇਂ ਉੱਠੀਆਂ ਨੇ ਹੈ ਨਾ ਇੱਧਰਲੇ ਪਾਸੇ ਕਲੀਅਰ ਆ ਇੱਧਰ ਦੇਖੋ ਕੀ ਨੇਰੀਆਂ ਉੱਠੀਆਂ ਨੇ ਹੈ ਨਾ ਉਹ ਗਾਹਾਂ ਦਿਖਾਉਣਾ ਤੁਹਾਨੂੰ ਮੈਂ ਜੀ ਵੇਟ ਕਰੋ ਇੱਧਰ ਐਕਚੁਲੀ ਕਰਾਹ ਲੱਗ ਰਿਹਾ ਨਾ ਵਾਹਣ ਮਿੱਟੀ ਮੁੱਟੀ ਸੈੱਟ ਹੋ ਰਹੀ ਆ ਵਾਹਣ 'ਚ ਤਾਂ 5 ਤਰੀਕ ਹੈਗੀ ਆਪਣੀ 12 ਹੈ ਨਾ ਮੇਰਾ ਪੇਪਰ ਹੈਗਾ ਪਤਾ ਨਹੀਂ 19 ਨੂੰ ਆਹ ਨਹੀਂ 20 ਨੂੰ ਆਉਣਾ ਮੈਂ ਦੇਖਣਾ ਭੁੱਲ ਗਿਆ ਤਰੀਕ ਦੇਖਣਾ ਭੁੱਲ ਗਿਆ ਸ਼ਾਇਦ 20 ਨੂੰ ਆਉਣਾ ਲਾਸਟਲਾ ਪੇਪਰ 19 ਨੂੰ 1 19 ਨੂੰ 1 20 ਨੂੰ ਆ ਦੋ ਪੇਪਰ ਨੇ
ਤਾਂ ਇੱਧਰ ਡਿੱਗ ਰਿਹਾ ਬਾਬੇ ਆਪਣਾ ਰੇਹ ਹਨਾ ਮੱਕੀ ਦੇ ਵਿੱਚ। ਇਹ ਧਰਤੀ ਤੇ ਸਾਰੇ ਲੋਕ ਦੇਖਣਾ ਚਾਹੁੰਦੇ ਨੇ ਜਿਹੜਾ ਦਿਨ ਨਿਤ ਚੜ੍ਹਦਾ ਗਾ ਨਵਾਂ। ਊਂ ਤਾਂ ਘਰੇ ਵਿਹਲੇ ਹੀ ਹੁੰਦੇ ਆ ਪਰ ਸਾਲਾ ਮੈਸੇਜ ਮੂਸੇਜ ਕਰਨ ਨੂੰ ਲੱਗਦਾ ਨਹੀਂ ਜਮਾਂ ਸਮਾਂ। ਹਾਂਜੀ ਗਾਈ ਤੇ ਸਾਰਿਆਂ ਨੂੰ ਬਿਰਪੁਰੀ ਗੁੱਡ ਮਾਰਨਿੰਗ ਆ ਤੇ ਸਵੇਰੇ ਸਵੇਰ ਦੇ ਵੱਜੇ ਨੇ 8 ਤਾਂ ਅੱਜ ਘੈਂਟ ਹਵਾ ਚੱਲ ਰਹੀ ਆ ਧੁੱਪ ਨਿਕਲੀ ਬੇਕਾਰ ਚੀਜ਼ ਹੈ ਨਾ ਗਰਮੀ ਇੰਨੀ ਜ਼ਿਆਦਾ ਵੱਧ ਗਈ ਹੈ ਨਾ ਥੱਲੇ ਵਾਲੀ ਮੱਕੀ ਦਾ ਰੇਹ ਵੀ ਨਹੀਂ ਛੱਟਿਆ ਤਾਂ ਵੀ ਇਹਦੇ ਪੱਤੇ ਜਿਹੇ ਹਲਕੇ ਹਲਕੇ ਤਾਂ ਤੋਂ ਮੱਚ ਗਏ ਨਾ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ। ਲੋਕਾਂ ਨੂੰ ਹੁੰਦੀ ਆ ਆਸ ਕਿ ਅਸੀਂ ਜ਼ਿੰਦਗੀ 'ਚ ਹੋ ਜਾਵਾਂਗੇ ਪਾਸ, ਇਹ ਗੱਲ ਰਹਿ ਜਾਂਦੀ ਆ ਅਧੂਰੀ ਜਦੋਂ ਬਣ ਜਾਂਦੇ ਨੇ ਲਾਸ਼। ਮਰਨ ਵੇਲੇ ਹਰੇਕ ਸੋਚਦੇ ਨੇ ਜੇ ਮੈਂ ਚੰਗੇ ਕੰਮ ਕਰ ਲੈਂਦਾ ਕਾਸ਼। ਦੇਖੋ ਗਾਈਸ ਆਪਣੀ ਜਾਮਣ ਆ ਨਾ ਇਡਲੀਆਂ ਹੋ ਗਈਆਂ। ਹਾਂਜੀ ਗਾਈਸ ਤੇ ਫਿਲਹਾਲ ਆ ਨਾ 3:43 ਦਾ ਟਾਈਮ ਆ ਤੇ ਹੁਣ ਘੈਂਟ ਵੈਦਰ ਹੋਇਆ ਹਨਾ। ਹਵਾ ਬਹੁਤ ਠੰਡੀ ਠੰਡੀ ਚੱਲ ਪਈ, ਠੰਡੀ ਤਾਂ ਮਤਲਬ ਠੀਕ ਆਉਂਦਾ, ਹਵਾ ਬਹੁਤ ਚੱਲ ਪਈ, ਠੰਡੀ ਤੱਤੀ ਤਾਂ ਮਿਕਸ ਹੀ ਹੈਗੀ, ਨਜ਼ਾਰੇਦਾਰ। ਸ਼ਾਮੇ ਖੜਦੇ ਹਾਂ ਤਾਂ ਠੰਡੀ ਹਵਾ ਆਉਂਦੀ ਹੈ, ਧੁੱਪੇ ਖੜਦੇ ਹਾਂ ਤੱਤੀ ਆਉਂਦੀ ਆ। ਲਾਈਫ ਫੋਰ ਹਨਾ ਲਾਈਫ ਕਿੱਤਾਂ ਨਹੀਂ ਦੇਖੋ ਯਾਰ, ਵਾਓ ਘੈਂਟਾ ਫੁੱਲ। ਤਾਂ ਜਿਹੜੇ ਹੈੱਡਫੋਨ ਔਡਰ ਕੀਤੇ ਆ ਨਾ ਉਹ ਵੀ ਕੱਲ੍ਹ ਨੂੰ ਆਉਣ ਦੀ ਸੰਭਾਵਨਾ ਗੀ, ਅੱਜ ਆਊਟ ਆਫ ਡਿਲੀਵਰੀ ਹੋਈ, ਅੱਜ ਥੋੜ੍ਹਾ ਜਿਹਾ ਆਊਟ ਆਫ ਡਿਲੀਵਰੀ ਥੋੜ੍ਹਾ ਜਿਹਾ ਪਰ ਤਾਤਾ ਆਣੇ। ਤਾਂ ਹੁਣ ਆਪਾਂ ਸਿਖਰ ਦੁਪਹਿਰੇ ਚੱਲ ਪਏ ਹਾਂ ਬਿਲ ਭਰਨ, ਬਿਲ ਭਰ ਕੇ ਆਉਣਾ ਪਿੰਡ ਮੈਂ ਜਾ ਕੇ ਪਿੰਡੀ ਭਰਿਆ ਹੁੰਦਾ ਤਾਂ ਵਾਪਸ ਘਰੇ ਮੁੜ ਕੇ ਆਇਆ। ਗੱਲ ਕੀ ਆ ਰਿਹਾ ਨਾਲ ਕਿ ਗੂਗਲ 'ਤੇ ਸਰਚ ਕਰਨਾ ਹੁੰਦਾ ਆਪਾਂ, ਠੀਕ ਆ, ਇੱਥੇ ਪੀ ਸੀ ਐੱਲ ਦੀ ਸਾਈਡ 'ਤੇ ਜਾ ਕੇ ਜਿਹੜੀ ਕੰਪਨੀ ਦਾ ਆਪਣਾ ਗੜਾ ਹੈਗਾ, ਆਪਣੀ ਜਿਹੜੀ ਕੰਪਨੀ ਦਾ ਭਰਦੇ ਹਾਂ ਪੀ ਐੱਸ ਪੀ ਸੀ ਐੱਲ ਆ। ਇਹ ਕਹਿੰਦੇ ਵੀ ਕੰਪਨੀ ਹੁੰਦੀਆਂ ਨੇ ਹੋਰ, ਇਹ ਕੰਪਨੀ ਕੋਲ ਠੇਕਾ ਹੈਗਾ ਇਹਦਾ, ਆਪਣਾ ਜਿਹੜਾ ਬਿਜਲੀ ਬੋਰਡ ਹੈ ਸਰਕਾਰ ਪੰਜਾਬ ਸਰਕਾਰ ਬਿਜਲੀ ਬੋਰਡ ਹੈ, ਇਹਨੇ ਨਾ ਠੇਕਾ ਜਾਣੀ ਦੇ ਰੱਖਿਆ ਬਿਜਲੀ ਬੋਰਡ ਨੇ। ਉਦੋਂ ਬਾਅਦ ਥੱਲੇ ਆ ਗਿਆ, ਸਰਚ ਕਰਕੇ ਇਹਨੂੰ ਓਕੇ ਕਰ ਲਿਓ, ਉਦੋਂ ਬਾਅਦ ਉਹ ਸਾਈਡ 'ਤੇ ਖੁੱਲ੍ਹ ਗਈ ਅਤੇ ਇੱਥੇ ਆਪਦਾ ਆਪਣਾ ਅਕਾਊਂਟ ਨੰਬਰ ਭਰ ਲਓ, ਜਿਵੇਂ ਐੱਲ ਆਪਣੀ ਸਾਰੀਆਂ ਰਸੀਦਾਂ ਨੇ ਮਤਲਬ 3-4 ਮਹੀਨੇ ਤੱਕ ਆ ਜਾਂਦੀਆਂ। ਇਹਦਾ ਆਪਾਂ ਸਕਰੀਨਸ਼ੋਟ ਵੀ ਕਰ ਸਕਦੇ ਹਾਂ, ਸਿੱਧਾ ਪ੍ਰਿੰਟ ਵੀ ਕਰ ਸਕਦੇ ਹਾਂ। ਆਪਣੀ ਰਸੀਦ ਉਦੋਂ ਕੁਛ ਨਹੀਂ ਚੰਗਾ ਲੱਗਦਾ ਜਦੋਂ ਟੁੱਟੇ ਆਉਂਦਾ ਗਾ ਦਿਲ, ਅਤੇ ਕਢਾ ਲਏ ਰਸੀਦਾਂ ਅਤੇ ਭਰੇ ਆਪਾਂ ਬਿੱਲ।